पंजाब दे लोग पंजाब दी आत्मा ने, और जदों आत्मा दी आवाज बुलंद हुंदी है और इलेक्शन कमीशन उस गल नूं मानदा है तो चंगी गल है। इहदे च कोई इह जी माड़ी गल नहीं। लोकां दी आवाज सी, अज मैं जदों आ रहा सी ते रस्ते च धरना लगा सी ते मैं वाया कपूरथला आया, उन्हां नूं सम्मान दिंदे ही आया। लेकिन अगर उन्हां दी कोई फरियाद है और धार्मिक फरियाद है ते इहदे च तुसीं मैनूं दस्सो समूहिक तौर दे उत्ते अगर कोई लखां बंदियां दी आवाज़ उठी है और चीफ मिनिस्टर ने उन्हूं बल दिता है ते इलेक्शन कमीशन ने मनी असीं उहदा इस्तकबाल करदे। ਉਹ ਸਾਨੂੰ ਰਾਤ ਨੂੰ ਹੀ ਪਤਾ ਹੈ ਉਹ ਜੁਆਇਨ ਕਰ ਰਿਹਾ ਹੈ, ਕਾਂਗਰਸ ਨੂੰ ਜੁਆਇਨ ਕਰੇਗਾ। ਔਰ ਮੈਂ ਕਿਹਾ ਤੂੰ ਯਾਰ ਜਿਸ ਤਰ੍ਹਾਂ ਅੱਜ ਉੱਥੇ ਜੁਆਇਨ ਕੀਤਾ ਪਟਿਆਲੇ ਅੱਜ ਜੁਆਇਨਿੰਗ ਹੋਈ ਹੈ ਨਾ, ਉਸੇ ਤਰ੍ਹਾਂ ਫਿਰੋਜ਼ਪੁਰ ਰੂਰਲ ਦੇ ਲਈ ਜੁਆਇਨਿੰਗ ਹੋਏਗੀ। ਤੇ ਮੈਨੂੰ ਇੱਕ ਗੱਲ ਦੱਸ, ਕਾਂਗਰਸ ਐਂ ਕਰ, ਆਮ ਆਦਮੀ ਪਾਰਟੀ ਦੇ ਸਾਰੇ ਕੈਂਡੀਡੇਟ ਦੇਖ ਕਿੱਥੋਂ ਲਿੱਤੇ ਆ? ਇਹਨਾਂ ਦੇ ਪਿਓ ਦੇ ਸੀ, ਕਿੱਥੋਂ ਲਿੱਤੇ ਆ? ਪੁੱਛ ਜਰਾ ਕਿੱਥੋਂ ਲਿੱਤੇ ਆ? ਸਾਰੀ ਕਾਂਗਰਸ ਦੀ ਝੂਠ ਹੈ। ਹੱਸ ਲਓ ਪਰ ਗੱਲ ਸੱਚੀ ਹੈ, ਮੈਂ ਜਿਹੜੀ ਗੱਲ ਕਹਿ ਰਿਹਾ ਫਿਰ ਮੇਰੀ ਗੱਲ ਨੂੰ ਸਮਝ ਲਓ ਕਿ ਜਿਹੜੀ ਗੱਲ ਇਹਨਾਂ ਨੇ ਕੀ ਉੱਤੋਂ ਲਿਆਂਦੇ ਆ ਸਾਰੇ ਭਾਈ? ਸਾਡੀ ਹੁਣ ਸਰਕਾਰ ਨੀ, ਕੋਈ ਬੰਦਾ ਸਰਕਾਰ ਚ ਨੀ, ਧਮਕਾਉਣ ਕੌਣ ਰਿਹਾ? BSF 40 ਕਿਲੋਮੀਟਰ ਅੰਦਰ ਚੱਤੀ ਇਹਨਾਂ ਨੇ, ਤੇ ਹੋਰ ਦੱਸ ਕਿ ਧਮਕਾਉਣ ਨੂੰ ਕੌਣ ਰਹਿ ਗਿਆ ਭਾਈ? ਐਵੇਂ ਫਸ਼ ਫਰੋਟੀਆਂ ਕੈਮਰੇ ਸਾਹਮਣੇ ਆ ਗਿਆ ਵਾਪਸ। ਹਾਂ ਕਹਿੰਦਾ ਮੈਂ ਵਾਪਸ, ਹੁਣ ਮੈਂ ਆ ਜਾ ਮਿੱਤਰ ਪਿਆਰੇ। ਅੱਛਾ ਵੇਖੋ ਕਿਸੇ ਨਾ ਕਿਸੇ ਦੇ ਉੱਤੇ ਤੇ ਬਹਾਨਾ ਮਾਰਨਾ ਹੀ ਹੁੰਦਾ, ਤੇ ਸਿੱਧੂ ਨਾਲੋਂ ਵੱਡਾ ਬਹਾਨਾ ਕੌਣ ਹੈ ਦੱਸੋ ਮੈਨੂੰ? ਹਾਂ ਮੇਰੀ ਇੱਕ ਗੱਲ ਨੂੰ ਸੁਣੋ ਯਾਰ, ਇੱਥੇ ਕੋਈ ਸਾਹਿਬ ਨਹੀਂ, ਸਾਰੇ ਵਰਕਰ ਨੇ। ਪਹਿਲੀ ਗੱਲ ਨੂੰ ਸਮਝ ਲਓ, ਵਰਕਰ ਬਣ ਕੇ ਕੋਈ ਵਾਪਸ ਆਉਣਾ ਚਾਹੁੰਦੇ ਜੀ ਆਇਆਂ ਨੂੰ? ਇਹ ਤੇ ਡੈਮੋਕ੍ਰੈਟਿਕ ਪ੍ਰਿੰਸੀਪਲ ਨੇ। ਪਰ ਕਾਂਗਰਸ ਪਾਰਟੀ ਸਰਦਾਰ ਸਾਹਿਬ ਥੋੜਾ ਪਛੇ ਹੋ ਜਾ, ਕੋਈ ਗੱਲ ਨਹੀਂ, ਠੀਕ ਹੈ ਹੋਰ ਠੀਕ ਹੈ। ਵੇਖੋ ਕਾਂਗਰਸ ਪਾਰਟੀ ਐਤਕੀ ਏਜੰਡੇ ਦੇ ਉੱਤੇ ਇਲੈਕਸ਼ਨ ਲੜੇਗੀ, ਔਰ ਐਜ਼ ਕਾਂਗਰਸ ਦਾ ਪ੍ਰਧਾਨ ਮੈਂ ਤੁਹਾਨੂੰ ਜ਼ੁਬਾਨ ਦੇ ਰਿਹਾ, ਜਿਹੜੀ ਗੱਲ ਮੈਂ ਕਰੂੰਗਾ ਉਹ ਨਾ ਤੇ 5000 ਵਾਅਦਿਆਂ ਵਾਲੀ ਹੈ, ਨਾ 500 ਵਾਅਦਿਆਂ ਵਾਲੀ ਹੈ, ਉਹ 13-31 ਪ੍ਰੋਗਰਾਮ ਦੀ ਹੈ। ਤੇ ਵੇਖ ਲਓ ਕੇਜਰੀਵਾਲ ਆ ਕੇ ਕਹਿੰਦਾ ਨਕਲੀ ਕੇਜਰੀਵਾਲ ਫਿਰਦੇ, ਨਕਲੀ ਸਿੱਧੂ ਫਿਰਦੇ ਕਿ ਨਹੀਂ? ਫੋਟੋ ਸਟੈਟ ਦੀ ਦੁਕਾਨ ਤੇ ਖੜ ਕੇ ਮਾਰਦੇ ਕਿ ਨਹੀਂ? ਨਾਲ ਨਕਲ ਠਾ ਦੇਣੇ ਹੈ, ਐਂ ਠੋਕ ਕੇ ਉਹੀ ਨਕਲ ਮਾਰੀ ਹੈ, ਨਹੀਂ ਤੇ ਇਹਨੂੰ ਪੁੱਛੋ ਇਹ ਪੈਸੇ ਕਿੱਥੋਂ ਲਿਆਊਗਾ? ਵੇਖੋ ਸਭ ਤੋਂ ਵੱਡੀ ਚੀਜ਼ ਹੈਗੀ ਹੈ ਇਨਕਮ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਨੇ, ਚਾਹੇ ਉਹ ਸ਼ਰਾਬ ਦੀ ਕਾਰਪੋਰੇਸ਼ਨ ਜਿਹੜੀ ਇਹਨੇ ਪੌਂਟੀ ਚੱਡੇ ਨੂੰ ਚੁਕਾਤੀ, ਜਿਹੜੀ ਇਹਨੇ ਦੀਪ ਲੋਤਰੇ ਨੂੰ ਚੁਕਾਤੀ, ਉਹ ਤੋਂ ਘੱਟ ਨਹੀਂ 25,000 ਕਰੋੜ ਰੁਪਈਏ, ਚਾਹੇ L1 ਦੇ ਲਾਇਸੈਂਸ ਹੋਣ, ਚਾਹੇ ਸ਼ਰਾਬ ਹੋਵੇ, ਵੈਟ ਲਾਵਾਂਗੇ। ਇਹ ਧਿਆਨ ਨਾਲ ਸਮਝ ਲਓ, ਵੈਟ ਲਾਵਾਂਗੇ। ਔਰ ਅਗਰ ਤੁਸੀਂ ਦੇਖੋ GST ਦੇ ਪ੍ਰਵਿਊ ਤੋਂ ਸ਼ਰਾਬ ਬਾਹਰ ਹੈ, ਰੇਤਾ ਬਾਹਰ ਹੈ, ਔਰ ਤੁਸੀਂ ਵੈਟ ਲਾ ਸਕਦੇ ਹੋ। ਇਹ ਵੈਟ ਲਾ ਕੇ 37,000 ਕਰੋੜ ਰੁਪਈਏ ਤਾਮਿਲਨਾਡੂ ਕਮਾਉਂਦਾ, ਖਪਤ ਸਾਡੇ ਨਾਲ ਅੱਧੀ ਹੈ, ਨੌਕਰੀਆਂ 60,000 ਦਿੰਦਾ। ਇਸੇ ਤਰ੍ਹਾਂ ਰੇਤਾ ਕਰੀਬ 25,000 ਕਰੋੜ ਰੁਪਈਆ ਸ਼ਰਾਬ 'ਚੋਂ, 3,000 ਕਰੋੜ ਰੁਪਈਆ ਮੈਕਸੀਮਮ ਅਗਰ ਕੱਢਾਂਗੇ ਤਾਂ 3,000 ਕਰੋੜ ਰੁਪਈਆ 2-3 ਸਾਲਾਂ ਦੇ ਵਿੱਚ ਅਸੀਂ ਵਧਾ ਕੇ ਇਹ ਅਸੀਂ ਰੇਤੇ 'ਚੋਂ ਕੱਢਾਂਗੇ। ਔਰ ਮੈਂ ਛਾਤੀ ਠੋਕ ਕੇ ਕਹਿ ਰਿਹਾ ਕਿ ਪੰਜਾਬ ਦੀ ਇਕਾਨਮੀ ਠੇਕੇਦਾਰਾਂ ਨੂੰ ਵੇਚਤੀ, ਪਿਛਲੇ 5 ਸਾਲਾਂ 'ਚ ਠੇਕੇਦਾਰਾਂ ਨੂੰ ਵੇਚੀ ਰੱਖੀ ਹੈ। ਇਹ ਠੇਕੇਦਾਰੀ ਸਿਸਟਮ ਕਹਾਂਗੇ, ਪੰਜਾਬ ਦਾ ਜਿਹੜਾ ਮਨ ਹੈ, ਪੰਜਾਬ ਦਾ ਜਿਹੜਾ ਦਿਲ ਹੈ, ਉਹਨੂੰ ਆਊਟਸੋਰਸ ਕਰਤਾ ਵੱਡੀਆਂ ਵੱਡੀਆਂ ਕੰਪਨੀਆਂ ਨੂੰ, ਉਹੀ ਟੈਂਡਰ ਬਣਾ ਬਣੂ ਕੇ ਦਿੰਦੇ ਆ, ਲੈਗਿਸਲੇਚਰ ਛੋਟਾ ਕਰਤਾ, ਗੌਣ ਕਰਤਾ। ਜੇ ਮੈਂ ਕਰਪਸ਼ਨ ਦੂਰ ਕਰਨੀ ਹੋਵੇ ਸਾਹਿਬ, ਤੇ ਮੈਨੂੰ ਉਮਰ ਲੱਗ ਜੂਗੀ, ਕਰਪਸ਼ਨ ਨਹੀਂ ਦੂਰ ਹੋਣੀ ਪੰਜਾਬ 'ਚ। ਲੇਕਿਨ ਜੇ ਮੈਂ ਈ ਗਵਰਨੈਂਸ ਔਰ ਈ ਪੋਰਟਲ ਲੈ ਆਉਣਾ, ਜਿਹੜਾ ਮੇਰਾ ਪਹਿਲਾਂ ਦਾ ਸੁਪਨਾ ਸੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕਠਪੁਤਲੀ ਬਣ ਕੇ ਹੋਣ ਨਹੀਂ ਦਿੱਤਾ, ਸਿਸਟਮ ਰਜਿਸਟ ਕਰਦਾ ਸੀ। ਲੜਾਈ ਸਿਸਟਮ ਨੂੰ ਚੇਂਜ ਕਰਕੇ ਇੱਕ ਨਵੇਂ ਸਿਸਟਮ ਨੂੰ ਖੜਾ ਕਰਨ ਦੀ ਹੈ, ਔਰ ਉਸ ਨਵੇਂ ਸਿਸਟਮ ਦੇ ਵਿੱਚ ਇਹ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਉਹ ਗਵਰਨਮੈਂਟ ਰਿਫੋਰਮਸ ਨੇ, ਗਵਰਨੈਂਸ ਰਿਫੋਰਮਸ। ਔਰ ਗਵਰਨੈਂਸ ਰਿਫੋਰਮਸ ਦੇ ਵਿੱਚ ਜਿੱਤੇਗਾ ਪੰਜਾਬ ਕਮਿਸ਼ਨ ਬਣਾਵਾਂਗੇ, ਜਿਹੜਾ ਪਲੈਨਿੰਗ ਬੋਰਡ ਜਵਾਹਰ ਲਾਲ ਨਹਿਰੂ ਜੀ ਦੀ ਹੁੰਦੀ ਸੀ। ਇੱਥੇ ਦੇ ਜਿਹੜੇ ਪਲੈਨਿੰਗ ਬੋਰਡ ਵਾਲੇ ਬੰਦੇ ਆ, ਇਨਵੈਸਟਮੈਂਟਾਂ ਕਰਦੇ ਆ ਮੱਧ ਪ੍ਰਦੇਸ਼,
उन्होंने कख पता नहीं, समझ नहीं। एक एक मिनिस्ट्री के नाल एक एक बंदा जोड़ांगे और हर चीज़ ई गवर्नेंस के राही असी 170 सर्विसिज जिहड़ियां आम लोगों दियां ने, तुसी तहसील च जाओ उत्थे पैसे मंगदे आ, तुसी म्युनिसिपैलिटी च जाओ सर्टिफिकेट लेना होवे बर्थ सर्टिफिकेट डैथ सर्टिफिकेट लसेंस उत्थे पैसे मंगदे, घरे बैठे मिलू। तुसी घर दा लसेंस बनाउणा घरे बैठे मिलू। और ये सुपना जिहड़ा कांग्रेस का हैगा, ये राहुल जी नाल गल करके ही मैं गल कर रहा, ये लोगों की सरकार लोगों के द्वार ये सब तो वड्डे गवर्नेंस रिफॉर्म्स जड़े ने। ई पोर्टल किसी ने अगर कोई भी परमिशन लेनी है इंडस्ट्री की ई पोर्टल तो सीधा सिंगल विंडो सिस्टम है, नहीं भी सिंगल विंडो सिस्टम के पिछे 25 विंडोआ खुल रही ने, चाहे वह NRI होवे कोई होवे उन्हूं ऐ फैसिलिटेट करांगे कि 15 दिनों के अंदर अंदर उन्हूं क्लीयरेंस मिलकर वो हाथ दे विच आ जाएगी। और ये जदों ई गवर्नेंस तय हुई, ई फाइलिंग तय हुई है, 8-8 महीनिया फाइल नहीं हिलदियाँ वो पूरी। फिर अगला वड्डा पॉइंट जिहड़ा हैगा कि गृहणियों जिहड़ियां जरूरतमंद ने, यह समझ लैना हुण नौकरी शुदा नहीं कि तुसीं कहो जी भी जिहड़ी नौकरी करदी है 50,000 हैं उहनू भी ना, जरूरतमंद जिहड़ियां गृहणियां ने 2,000 रुपए 8 सिलेंडर, पढ़ाई नूं पूरी तरह इनसेंटिवाइज करांगे, 5वीं पास करेगी 5,000, 8वीं पास करेगी 10,000, 10वीं पास करेगी 15,000 नाल टैबलेट जिहड़ी कि घरे बैठ के भी तुसीं एग्जाम्स वगैरह दे सकदे हो, 12वीं पास करेगी 20,000 रुपए। और असी एंटरप्रेनर क्रिएट कर रहे हैं, असी कोई ये लॉलीपॉप नहीं दे रहे केजरीवाल वांग कि जी ते 18 साल तो उत्ते और तेरी वोट है ता ही तैनूं असी 1,000 रुपए देंगे, तो जिहड़ियां 18 साल तो थले उन्हां नूं कख नहीं देंगे। असी उन्हां नूं इकोनमी का हिस्सा बना रहे हैं, इकोनमी का हिस्सा बना रहे हैं, एक अगली जनरेशन दे विच इन्वेस्टमेंट कर रहे हैं, पढ़ाई च इन्वेस्टमेंट कर रहे हैं, 23 स्किल डिवेलपमेंट सेंटर, तुसीं देख लो जिन्ने डिवेलपमेंट सेंटर ने स्किल डिवेलपमेंट सेंटर, पैसों के अड्डे है, पैसे कमाण के अड्डे है, 4,000 की नौकरी नहीं दे सकते। फिर वो चाहे सिलाई सीखे, चाहे एम्ब्रॉयडरी सीखे, चाहे वह कुकिंग सीखे, जदों सरकारी तौर के उत्ते सीखेगी तो 2 लाख तो 16 लाख का इंट्रस्ट फ्री लोन है। ये इकोनमी दे विच इन्वेस्ट किस तरह होएगा, करीब 32,000 करोड़ रुपया, 30 to 32,000 करोड़ रुपये रेते चो, और कोई भी सवाल पूछ सकते हो रेते दे विचों, बड़ी सिंपल है, 1300 किलोमीटर दरिया है साढ़े को, तेलंगाना 300 किलोमीटर दरिया के 2400 करोड़ रुपये कढ़ता 3 साल, समझ लो मेरी गल। यह जे कई स्टेट ने, चाहे तुसी तेलंगाना ले लो, चाहे तुसी आंध्रा प्रदेश ले लो, जिन्होंने ये करके दिखाया और 1,000 करोड़ तो उत्ते लेंदे, साढ़े को मैक्सिमम दरिया है, तेलंगाना एक हफ्ते 50 करोड़ रुपया कढ़ता रेते चो, और वह भी पीला रेता है, कक्का रेता। असी 1300 किलोमीटर चो घट तो घट ही 2 to 3,000 करोड़ रुपए केबल की मनोपली तोड़ांगे, एक MSO है जुजार, और किदा हो सुखबीर का दलाल, समझ नहीं, ना 5 पैसे लेते हो तो कदे ते ना ही स्टेट नू आए है। जे तो कोई सैटेलाइट तो लेंदा है, जे वड्डे चैनल ने वो सैटेलाइट तो लेंदे ने, गवर्नमेंट ऑफ इंडिया नू पे करदे ने, लेकिन जड़ा बंदा पंजाब दी केबल नू यूज करेगा, साडी धरती तो पई हुई है वो केबल, साडे पोलां दे उत्ते है वो केबल, वो कैरेज फी देगा और 101% देगा। MSO असी 1 नहीं 10 लियावांगे, कंपीटीशन क्रिएट करांगे, जिहड़ी 450 नू केबल है ये 200 नू विकेगी, ये तुसीं देखियो तुसीं 200 to 225, क्योंकि जदों कंपीटीशन होएगा ये 200 to 225, फिर असी कैरेज फी लावांगे, उहनू कैरेज फी देनी पएगी। और जिहड़े टैलीविजन सैट्स ने ये करीब 2 करोड़ है पंजाब च, ये 10 लाख 1,90,00,000 का खांदे है, इन्हां दे कंप्यूटर नू किसी ने हाथ नहीं पाया। मैं कह रहा कि असी हाथ पावांगे, रेडा रूडा वजियां ने, जे कांग्रेस की सरकार बन गई या माफिया होएगा या सिद्धू होएगा। एक मिनट अगे चल लो, अजे मैं खत्म नहीं होया। 1,500 करोड़ बसा तो 3,000 परमिट, 8,000 बसा चल दी, पॉलिसी कोई चेंज नहीं हुई, हले भी कोई चेंज नहीं हुई पॉलिसी। 1.5 रुपया टैक्स इन्हां दियां बसों के उत्ते, वोल्वो दियां बसों के उत्ते, ठीक है कि नहीं, घट्ट ते लखी बनाउंदा टाइम टेबल, हुण पजाया
ठीक है, तो 1.5 रुपया टैक्स PRTC दियां खड़कदियां हुई बसां दे उत्ते ज़्यादा। तुसी सोच सकते हो कि किस तरीके ना मारी है इन्होंने, और दो बसा तो इन्हों की 6,000 की फ्लीट है, सारी की सारी प्रॉफिट है, और जी पंजाब रोडवेज सारी सारी थले साढ़े सारे होटल मार के आपके 5-star होटल खड़े कर ले। मतलब इन्होंने बिजनेस किया, और चाहे रेत हो करीब करीब 30-32 हज़ार करोड़ रुपया और 18 हज़ार करोड़ टैक्सा की कंप्लायंस। ये ध्यान समझ लियो, ये लाइन याद रखियो, ये 40-50 हज़ार करोड़ रुपया गौरमेंट दियां स्कीमां च पा के डबल करांगे, 1 लाख करोड़ करांगे। इन्हों अज 25 नहीं इन्हां चों कढ़दे इह, और 25 दुगुणी हुंदी नहीं, करजा लैके करजा मोड़दे आ, और यही पैसा जिहड़ा हैगा इंपलॉईआं दे उत्ते खर्च होएगा। मैं गरंटी दिंदा तुहानूं कि ऐसी पॉलिसी लैके आवांगे, चाहे एजुकेशन होवे चाहे हैल्थ, मैं तुहानूं डिकलेयर करांगा जदों मैनीफेस्टो दे विच पएगी, तुहानूं आप नूं हिसाब होएगा कि जिहड़ा डिस्ट्रिक्ट दे विच बंदा जॉइन करेगा उस डिस्ट्रिक्ट चों 7 साल निकलेगा नहीं, उहदी ट्रांसफर ही नहीं होएगी। इधर बदल इन्ने पैसे लिया फलाना, एक बंद कर देंगे, खत्म कर देंगे, मुद्दा ही मुका देंगे। मैं तुम्हें दस रहा, और मैं तुम्हें यह कह रहा कि सरप्लस मनी के नाल कोई इंपलॉय तंग नहीं रहन देंगे, खास तौर दे उत्ते टीचर। और मैं बिल्कुल तुम्हें लिख के टका के दूंगा भी इतों पैसे आने तो इतने लगनगे। 5 लाख बंदियां नूं अर्बन इंपलॉयमेंट गारंटी मिशन मिलेगी, कोई मजदूर ऐसा नहीं रहेगा जड़ा 300 रुपये तो घट दिहाड़ी करेगा कोई। और हरेक की रजिस्ट्रेशन अज तक किसी ने 56 लाख मजदूरों की गल नहीं की। केजरीवाल तो 4.5 साल बाद आया है, और 4.5 साल बाद आके उरे शगूफे छड़न लग गया, जो सिद्धू कहता सीगा उही अगे लाता भी इनकम असी इतों लियावांगे। इनू पुछो भी दीप मल्होत्रे तू ठेके दिते कि नहीं, तू प्राइवेटाइज की कि नहीं लेकर, तू पौंटी चढ़े नूं दिते कि नहीं दिते। इनू पुछो कि बादलों दियां जिन्नियां ल्यूक्रेटिव बसा ने, जिहड़े भी ल्यूक्रेटिव रूट ने एयरपोर्ट तक, उन्हां नूं कौन जाण दिंदा उत्थे। इनू पुछो 8 लाख नौकरी इन्हें कही सी, इत्थे आके कह गया 26 लाख, 8 लाख नौकरी कही सी, इहदे 440 दित्ती गई RTI 440। मैं कह रहा 5 लाख स्किल्ड सैमी स्किल्ड अनस्किल्ड लेबर नूं असी अर्बन इंपलॉयमेंट गारंटी मिशन फस्ट टाइम इन इंडिया 50,000 रुपये ठेकियां दे उत्ते नौकरी, 50 तो 60 हज़ार, टैसमैक 35 तो 40 दिंदा, 50 तो 60 हज़ार, 70 हज़ार जड़े असी स्टॉकयार्ड बनावांगे रेते दे, जितों रेता चकना है, एक चकन वाले ट्रक होणगे, ते एक ई गवर्नेंस नाल ऑनलाइन पोर्टल दे उत्ते ऑर्डर दिता होया, रेट फिक्स होएगा 1,000-1,200 रुपये, ये फिक्स होएगा। अज तक तुसीं देखिया कदे रेते दा रेट फिक्स होया, जदों रेते दा रेट ही नहीं फिक्स होना, जब देखो सप्लाई तोड़ दे, कदे 5,000 की ट्राली, कदे 10,000 की ट्राली, कालिया वेले मैं 20-20 हज़ार की ट्राली विकदी देखी, तो गरीब कितों मकान पाऊ। रेट फिक्स होएगा 1,000-1,200, इदू वध नहीं, ठीक है जी, वॉल्यूम वधेगा। कोई ट्रक जिहड़ा सरकारी रंग च रंगिया नहीं होया, फट देना इंपाउंड होएगा, उहदे ते रेट भी होएगा, डेट भी होएगी, वेट भी होएगी। देयर इज नथिंग कॉल्ड दी सैंड माइनिंग माफिया, इट इज दी ट्रांसपोर्ट माफिया। एक बुक्कड़ च चुक के नहीं कोई लै गया रेता, समझे नहीं, इस करके उहदे ते चिप्स लगियां होणगियां। शराब सारी दी सारियां डिस्टिलरियां, कोई प्राइवेट डिस्टिलरी नहीं होएगी, सारी दी सारी शराब प्राइवेट डिस्टिलरियां च नहीं, सरकारी डिस्टिलरियां वेचणगियां, उहनां दे उत्ते चिप लगी होएगी, कंप्यूटराइज होएगा, समझो नहीं, वैट लगेगा, रेट फिक्स होणगे, कोई स्मगलिंग नहीं। और एक्साइज दी जिहड़ी 4 तो 5 हज़ार करोड़ रुपया चोरी हुंदी है, स्मगलिंग हुंदी है, ये सारी बंद करांगे। ये साडा प्लैन है। उदों अगे चाहे विमन एम्पावरमेंट की गल होवे, चाहे हैल्थ होवे, चाहे एनवायरमेंट होवे, चाहे एंटरप्रेन्योरशिप होवे, ये सारिया चीज़ों के उत्ते तुहानूं असीं 3-3 लाइन देंगे, ते 13 बाबे नानक दे पॉइंट दे उत्ते 13-13-13 तोलन वाले, ते मेरा मेरा करदे रहे है, मेरा बिजनेस मेरिया खड्डा मेरा मेरे मेरिया बसा, बाबे नानक दे चक साहब गुरद्वारे आले बरतान तो प्रेरणा लैके 13-13 तोलन वाला 13 पॉइंट एजेंडा मैं दे आया कल कांग्रेस हाईकमान नूं। वो मैनीफेस्टो दे विच किहड़ा किहड़ा लवांगे तुहानूं छेती दसांगे, बल्कि मैं इस मॉडल नूं कल तो ब्रेक करांगा, बल्कि मैं तुहानूं सारयां नूं इनवाइट करदा कि मैं पंजाब मॉडल दा अगला हिस्सा ब्रेक करांगा, चाहे 2 दिनां बाद करां चाहे कल करां, बट तुसीं इन्ना वो रखना कि इहदा बजटरी एलोकेशन होएगी,
यह कोई स्कीम नहीं होएगी, यह कोई जुगाड़ नहीं होएगा, यह कोई लॉलीपॉप नहीं होएगा रैपर वाला। ये पिछे बजटरी एलोकेशन होएगी, टाइम बाउंड रिसर्च होएगी और यह दसांगे भी आ इतों पैसे लेवांगे तो इतने लावांगे। इट विल बी अ क्लीयर कट डिसीजन। गवर्नमेंट रिफॉर्म्स, गवर्नमेंट रिफॉर्म चाहे तहसील की चोरी, चाहे कारपोरेशन की चोरी, चाहे इंप्रूवमेंट ट्रस्टा की चोरी है जी, चाहे थाने की चोरी, ये तो मुक्त कर देंगे। एक एक खसरा नंबर के उत्ते पांच पांच प्लाट बिके हुए जीरकपुर जाके देखो, खड़ के देखो, गरीब बंदा वो प्लाटा बेचण के लिए अठ अठ थान के उत्ते प्लाट मंगता। मैं इस एजेंडे के नाल हाँ, ये एजेंडा है तो नवजोत सिंह सिद्धू नीह चिण दियो, कोई रौला नहीं है। जे मैं ये गवर्नमेंट रिफॉर्म्स के चार की भी ड्यूटी लग गई जिंदगी कर दूँ, लेकिन वो लोगों तक पहुँचा दूँ। ये हुण कैप्टन अमरिंदर सिंह नहीं है रबड़ का गुड्डा, नाच मेरी बोल बोल, हाँ जी ऐ बाह मरोड़ी आई आई आई, वो की होया की होया की होया, ओ ओ ओ ईडी ईडी ईडी, हर रोज रोंदा रहा, आपकी जान बचा रहा। तो मैनू एक गल दसो, जड़ा कहिंदा सीगा सिद्धू तेली दरवाजे बंद कर दूँ, कोई सोचता सीगा भी कैप्टन अमरिंदर सिंह लै जू? तो जे बाबे ने मेहर की, तो बाबे ने मेहर की करतारपुर का लांघा खोलिया और ये चोरी का बोर्ड का दरख्त मुछा वाला पट के आओ मरिया, तो फिर भाई ये भी विश्वास करो कि बाबे ये कैप्टन अमरिंदर सिंह लैना यदा कांग्रेस चो खदेड़िया जाना, यही प्रमाण है कि बदलाव है, सैलाब है और लोग विश्वास करे इस सिस्टम के बदलाव न। मैं केजरीवाल साहब के कोई निजी तौर के उत्ते खिलाफ नहीं, लेकिन मैं वो झूठ दे कोड़ किले वांग रंग बदल के उत्ते खिलाफ हाँ। मैं तो यह कहना भी यदा आराध्य देव कोड़ किला होना चाहिए जिनी छेती रंग बदलता। ये कोड़ किला मैं क्यों कहना, भाई अही चार साल ड्रग के खिलाफ लड़ते रहे, कोई निजी लड़ाई नहीं सी, ड्रग के खिलाफ लड़ते रहे बेअदबी दियां। मैं कहना हर थान के उत्ते बुरजवार सिंह जाके कैप्टन सुझाता मैं मार मार ट्वीट, हाँ जी हर थान के उत्ते सवाल किए, तो यह बंदा ये कोई जवाब है। मैं चिट्ठी यदि रिलीज़ की थोड़ू घिन आऊगी जो तुम चिट्ठी पढ़ोगे। इन्हें लेट के पैर तलवे चट के माफ़ी मंगी, कोई पंजाबी गैरतमंद इस गल हजम कर लूँ कि इन्हें माफ़ी मंगी? यदि कैबिनेट के कोई पंजाबी है? ये रिमोट कंट्रोल तो उत्थे अज भी बोर्ड लाया केजरीवाल, एक मौका क्या क्यों पंजाबी मर गया कोई है? एक मौका पिछली बार दिता था सी मौका, अज तक एन आर आई वीर जड़े ने साडे उन्होंने हिसाब नहीं दे सकिया बंदा, इतने अठ अठ बंदियां नू टिकटां अनाउंस करती अज भी उही रौला चली जांदा। मैं क्या फिर मैनू दस जदों ये आप बनिया सी उदों फोन कॉल की सी? आपदी वेले तो घोड़ी से चढ़ गया आप, ठहर ना यार, आपदी वेले तो घोड़ी से चढ़ गया बंदा, तो क्या जी मैं मुख्यमंत्री, तो पिछली बार कदों अनाउंस किया इन्हें? उदों भी यही चाहता सीगा भी मैं एम एल ए बना ला, यदा भांडा फाड़ किया उन्हें, भांडा फोड़ किया इन्हें कुमार विश्वास ने। यार मंशा बड़ी मतलब मैं हूँ की कह, मंशा सिर्फ इन्नी है भी लोगों लास्ट मोमेंट पर आके बरगलवा दो, कोई रोडमैप तो दस, तू तो सिद्धू वाली वो कर जाना, तेरे को शराब तो कितों पैसे आने दस, तू मैनू तू विकया होया? मैं कहना तू विकया होया? आ दीप मल्होत्रे तू दो जोन की पॉलिसी चेंज करके चार जोन की पॉलिसी ना दी हो, मैं राजनीति छड़ देना, चल आ जा मैदान चा, ठीक है? तू ना पौंटी चढ़े नू शराब के ठेके दते, हुण दिल्ली के गली गली शराब ना वेच रहा होवे तो ना हटा दूँ जा। मैं कहना ठोक के अठ लख नौकरी गई, क्यों 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 बोर्ड उन्हें भगवंत दे लाए, तो जेड़े दारू के ठेके दते भगवंत ने दते है? ये जरा मास्टरां नू झूठ बोलिया भगवंत ने बोलिया? भगवंत तो झूठा है नहीं, कोई जरूरी तो नहीं है भी मेरा कोई कोई भी बंदा कोई विरोधी वो करी जाए, वो तो मैं गुरु कहता है, मैं ना वो बड़ी मतलब जमाने का प्यार है, मैं वो बारे क्यों कह बई? जो चोर है नहीं तो मैं क्यों कह उन्हू? ये चोर है इनू कहना, यह पैसे खाता ठोक के, मैं इनू कहना ये बसा चला, एक मिनट यह बसा चला बादलों दियाँ, मैं कहना ये दीप मल्होत्रे दिन अट्टी सट्टी लाँदा, अट्टी सोटी ला के इन्हें सारे शराब दे प्राइवेटाइज की, मैं कहना
ਇਹ ਪੌਂਟੀ ਛੋਟੇ ਨਾਲ ਰਲਿਆ ਮੈਂ ਕਹਿੰਦਾ ਇਹ ਇੱਥੇ ਆ ਕੇ ਝੂਠ ਬੋਲਦਾ ਸਾਡੇ ਪ੍ਰੋਫੈਸਰਾਂ ਨੂੰ ਵੀ ਮੈਂ ਪੱਕੇ ਕਰ ਦੂੰ 22,000 ਪ੍ਰੋਫੈਸਰਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਬੈਠਿਆ ਇਹਦੇ ਘਰ ਦੇ ਬਾਹਰ ਉਹ ਕਹਿੰਦੇ ਬੰਧੂ ਇਹ ਮਜ਼ਦੂਰ ਬਣਾ ਰੱਖਿਆ ਸਾਨੂੰ 15 ਦਿਨ ਦੇ ਕੰਟਰੈਕਟ ਦੇ ਉੱਤੇ ਕੰਮ ਕਰਾਉਂਦਾ ਕੇਜਰੀਵਾਲ 15 ਦਿਨ 15 ਡੇ ਜਾਓ ਪਤਾ ਕਰੋ 22,000 ਉੱਥੇ ਜਿਹੜੇ ਕੰਟਰੈਕਚੁਅਲ ਮੁਲਾਜ਼ਮ ਨੇ ਇਹਦਾ SYL ਦੇ ਉੱਤੇ ਕੀ ਸਟੈਂਡ ਹੈ ਇਹਨੂੰ ਪੁੱਛੋ ਦੱਸ ਬਈ ਤੇਰਾ SYL ਦੇ ਉੱਤੇ ਕੀ ਸਟੈਂਡ ਹੈ ਕੋਈ ਪੰਜਾਬੀ ਇਹਦੀ ਕੈਬਨਿਟ 'ਚ ਹੈ ਇਹ ਮਤਲਬ ਬਾਹਰੋਂ ਰਿਮੋਟ ਕੰਟਰੋਲ ਦੇ ਨਾਲ ਪੰਜਾਬ ਨੂੰ ਚਲਾਉਣਗੇ ਅੱਜ ਆ ਕੇ 10 ਨਕਾਤੀ ਪ੍ਰੋਗਰਾਮ ਦੇਤਾ ਤੇ ਉਹਦੇ 'ਚ ਦੇਖ ਲੈ ਜਿਹੜਾ ਪਹਿਲੀ ਇਨਕਮ ਵਾਲਾ ਸਾਰਾ ਸਿੱਧੂ ਦਾ ਪ੍ਰੋਗਰਾਮ ਹੈ ਫੋਟੋ ਸਟੈਟ ਦੀ ਦੁਕਾਨ 'ਤੇ ਖੜ ਜਾਂਦੇ ਆ ਉੱਥੇ ਦੇਖੋ ਮੇਰੀ ਇੱਕ ਗੱਲ ਸੁਣੋ ਹਾਈ ਕਮਾਂਡ ਨੇ ਪਿਛਲੀ ਵਾਰ ਕਿਸੇ ਨੂੰ ਦੱਸ ਕੇ ਅਨਾਊਂਸ ਕੀਤਾ ਸੀ ਛੋਟੇ ਭਾਈ ਲਾਸਟ ਟਾਈਮ ਮਜੀਠੇ 5-10 ਦਿਨ ਰਹਿੰਦੇ ਸੀ ਇਲੈਕਸ਼ਨ ਹੋਣ ਨੂੰ ਤੇ ਉੱਥੇ ਰਾਹੁਲ ਜੀ ਨੇ ਆ ਕੇ ਖੜਾ ਕਰਤਾ ਸੀ ਹੱਥ ਇਹ ਰਾਹੁਲ ਜੀ ਦੇ ਹੱਥ ਹੈ ਪ੍ਰਿਯੰਕਾ ਜੀ ਦੇ ਹੱਥ ਹੈ ਮੈਡਮ ਦੇ ਹੱਥ ਹੈ 70 ਸਾਲ ਉਹਨਾਂ ਨੇ ਪਾਰਟੀ ਚਲਾਈ ਹੈ 70 ਸਾਲ ਉਹਨਾਂ ਨੇ ਦੇਸ਼ ਨੂੰ ਆਜ਼ਾਦੀ ਦਵਾਈ ਕੰਸਟੀਟਿਊਸ਼ਨ ਦੀ ਰਚਨਾ ਕੀਤੀ ਹੈ ਕੋਈ ਛੋਟੀ ਮੋਟੀ ਪਾਰਟੀ ਇਹ ਪੰਡਿਤ ਜਵਾਹਰ ਲਾਲ ਨਹਿਰੂ ਸਰਦਾਰ ਪਟੇਲ ਮੌਲਾਨਾ ਆਜ਼ਾਦ ਹਾਂਜੀ ਪ੍ਰਤਾਪ ਸਿੰਘ ਕੈਰੋਂ ਵੇਖ ਤਾਂ ਸਹੀ ਨਾਮ ਲਾਲ ਬਹਾਦਰ ਸ਼ਾਸਤਰੀ ਮਹਾਤਮਾ ਗਾਂਧੀ ਹਾਂਜੀ ਤੋ ਇਹ ਕੋਈ ਛੋਟੀ ਮੋਟੀ ਪਾਰਟੀ ਹੈ ਭਾਈ ਅਨੁਭਵ ਹੈ ਉਹਨਾਂ ਕੋਲ ਫਿਰ ਡਾਕਟਰ ਅੰਬੇਦਕਰ ਨੇ ਸਾਨੂੰ ਸਾਡਾ ਸੰਵਿਧਾਨ ਦਿੱਤਾ ਜਿਹੜੀ ਸਾਡੀ ਹੋਲੀ ਬੁੱਕ ਹੈ ਉਹਦੇ 'ਚ ਜਸਟਿਸ ਇਕੁਆਲਿਟੀ ਉਹੀ ਤਾਂ ਲੜਨ ਦੀ ਤਾਕਤ ਦਿੰਦੇ ਨੇ ਅਤੇ ਜਿਹੜੇ ਲੋਕਾਂ ਨੇ 70 ਸਾਲ ਪਾਰਟੀ ਚਲਾਈ ਹੋਵੇ ਵੇਖੋ ਰਾਜਨੀਤੀ 'ਚ ਜਵਾਰ ਭਾਟਾ ਆਉਂਦਾ ਹੈ ਪਰ ਪਾਰਟੀਆਂ ਨਹੀਂ ਕਦੇ ਮਰਦੀਆਂ ਖੜੀਆਂ ਹੋ ਜਾਂਦੀਆਂ ਵਿਚਾਰਧਾਰਾ ਦੇ ਨਾਲ ਸਮਝੋ ਔਰ ਇਹ ਪ੍ਰਮਾਣ ਹੈ ਆਉਣ ਵਾਲਾ ਸਮਾਂ ਕਿ ਅਸੀਂ ਆਪਣੀ ਹਾਈਕਮਾਂਡ ਨੂੰ ਮੰਨਾਂਗੇ ਸਾਨੂੰ ਮੰਨਣਾ ਚਾਹੀਦਾ ਔਰ ਮੇਰੀ ਅਪੀਲ ਹੈ ਕਿ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ ਕਾਂਗਰਸ ਆਪਦੇ ਆਪ ਨੂੰ ਹਰਾ ਲੈਂਦੀ ਹੈ ਕੋਈ ਕਿਸੇ ਦਾ ਭਾਈ ਖੜ ਗਿਆ ਕੋਈ ਕਿਸੇ ਨੂੰ ਥੋੜ੍ਹੀ ਜਿਹੀ ਚੀਜ਼ ਨਾ ਮਿਲੀ ਅਤੇ ਉਹ ਭੱਜ ਗਿਆ ਸਮਝਦਾ ਨਹੀਂ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਪੰਜਾਬ ਨੂੰ ਅੱਗੇ ਅਗਰ ਰੱਖ ਕੇ ਅਗਰ ਇਕੱਠੇ ਹੋ ਕੇ ਇਲੈਕਸ਼ਨ ਲੜਾਂਗੇ ਮੇਰੇ ਲਈ ਤਾਂ ਸਾਰੇ ਹੀ ਰੱਬ ਵਰਗੇ ਮੈਂ ਤਾਂ ਅੱਜ ਤੱਕ ਕਿਸੇ ਕਾਂਗਰਸ ਦੇ ਕਾਰਜਕਰਤਾ ਜਦੋਂ ਮੈਂ BJP 'ਚ ਵੀ ਸੀ ਕੋਈ BJP ਦਾ ਕਾਰਜਕਰਤਾ ਅਤੇ ਅੱਜ ਕੋਈ ਕਾਂਗਰਸੀ ਕਾਰਜਕਰਤਾ MLA MP ਅਗਰ ਮੇਰੇ ਖਿਲਾਫ਼ ਬੋਲ ਦਿੰਦਾ ਤਾਂ ਮੈਂ ਹੱਥ ਬੰਨ ਕੇ ਕਹਿੰਦਾ ਮੇਰਾ ਛੋਟਾ ਭਾਈ ਹੈ ਮੇਰੇ ਕਰਮ ਕੱਟੇ ਮੇਰੀ ਇੱਕ ਗੱਲ ਨੂੰ ਸੁਣੋ ਮੈਂ ਜੋ ਕਹਿ ਰਿਹਾ ਇਹ ਤੁਹਾਨੂੰ ਅਨਾਊਂਸ ਕਰ ਰਿਹਾ ਇਹ ਪੰਜਾਬ ਮਾਡਲ ਜਿਹੜਾ ਹੈਗਾ ਇਹ ਕਾਂਗਰਸ ਦਾ ਹੀ ਹੈ ਅਤੇ ਜੇ ਇਹ ਮਾਡਲ ਹੀ ਨਾ ਹੋਇਆ ਤਾਂ ਫਿਰ ਮੈਨੂੰ ਇੱਕ ਗੱਲ ਦੱਸ ਜੇ ਰਾਹ ਹੀ ਨਾ ਹੋਈ ਤਾਂ ਤੁਰਾਂ ਕੀ ਤੇ ਮੇਰੀ ਇੱਕ ਗੱਲ ਨੂੰ ਸੁਣੋ ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਮੈਂ ਉਹਨੂੰ ਚਾਚਾ ਨਾ ਕਹਿੰਦਾ ਇਹ ਫਿਰ ਉਹੀ ਗੱਲ ਆ ਜੇ ਕਿਉਂ ਇਹ ਯਾਰ ਤੁਹਾਨੂੰ ਪਤਾ ਲੱਗ ਜੂ ਮੈਨੀਫੈਸਟੋ ਆਉਣ ਵਾਲਾ ਮਿੱਤਰਾ ਮਤਲਬ ਤੁਸੀਂ ਇਹ ਮੈਨੀਫੈਸਟੋ ਇਹ ਹੁਣ ਤੁਹਾਨੂੰ ਮੈਨੀਫੈਸਟੋ ਤੋੜਨਾ ਯਾਰ ਮੈਂ ਦੱਸੂੰਗਾ ਇਕੱਠਾ ਦਿੰਦੇ ਹੋਏ ਮੈਂ ਕਿਹਾ ਯਾਰ ਮੋਸਟ ਵੈਲਕਮ ਦੇਖੋ ਇਹ ਮੈਂ ਦੇਖੋ ਅਸੀਂ ਮੈਨੂੰ ਕਹਿੰਦੇ ਸੀਗੇ ਜੀ ਵੀ ਇਹ ਉੱਥੇ ਲੜੂਗਾ ਜੀ ਜਾ ਕੇ ਪਟਿਆਲੇ 100 ਹਵਾਈ ਗੱਲਾਂ ਚਲਾਉਂਦੇ ਆ ਠੀਕ ਹੈ ਮੈਂ ਕਦੇ ਅੰਮ੍ਰਿਤਸਰ ਨਹੀਂ ਛੱਡਿਆ ਮੈਨੂੰ IND ਮਿਨਿਸਟਰੀਆਂ ਦਿੱਤੀਆਂ ਠੀਕ ਹੈ ਮੈਨੂੰ ਇਹ ਕਿਹਾ ਤੂੰ ਛੱਡ ਕੇ ਇੱਥੋਂ ਕੁਰੂਕਸ਼ੇਤਰੋਂ ਲੜ ਲਾ ਮੈਂ MP ਛੱਡੀ ਤੁਸੀਂ ਗਵਾਓ MP ਛੱਡੀ ਗੁਰੂ ਘਰ ਨਹੀਂ ਛੱਡਿਆ ਕੁੱਕਰ ਬਣ ਕੇ ਰਿਹਾ ਠੀਕ ਹੈ ਮੈਂ ਆਪਣਾ ਤੁਹਾਨੂੰ ਕਹਿ ਸਕਦਾ ਕਿ ਨਵਜੋਤ ਸਿੱਧੂ ਨਾ ਤਾਂ ਕਿਤੇ ਪਟਿਆਲਿਓਂ ਇਲੈਕਸ਼ਨ ਲੜੇਗਾ ਨਾ ਕਿਤੋਂ ਹੋਰੋਂ ਲੜੇਗਾ ਅਤੇ ਕੋਈ ਇੱਥੇ ਇਲੈਕਸ਼ਨ ਲੜਨਾ ਜੀ ਮੋਸਟ ਵੈਲਕਮ ਭਾਈ ਕੋਈ ਕਿਸੇ ਨੂੰ ਰੋਕ ਸਕਦਾ ਇਹ ਉਹਦਾ ਡੈਮੋਕ੍ਰੈਟਿਕ ਅਧਿਕਾਰ ਹੈ ਅਖਤਿਆਰ ਹੈ ਕੋਈ ਵੀ ਮੇਰੇ ਖਿਲਾਫ਼ ਇਲੈਕਸ਼ਨ ਲੜ ਸਕਦਾ ਮੋਸਟ ਵੈਲਕਮ ਅੰਮ੍ਰਿਤਸਰ ਦੇ ਲੋਕ ਫੈਸਲਾ ਕਰਨਗੇ ਇਹਦੇ 'ਚ ਹੰਕਾਰ ਕਾਹਦਾ ਭਾਈ ਜੀ ਦੇਖੋ ਇਹ ਮਾਫੀਏ ਦੀ ਜੇਬ ਚੋਂ ਕੱਢ ਕੇ ਹੀ ਇਹ 50,000 ਕਰੋੜ ਰੁਪਏ ਆ ਰਹੇ ਤੇ ਜੇ ਮਾਫੀਆ ਰਹੇਗਾ ਤੇ ਇਹ ਪੈਸੇ ਆਣੇ ਨਹੀਂ ਤਾਂ ਹੀ ਤਾਂ ਮੈਂ ਕੇਜਰੀਵਾਲ ਨੂੰ ਠੋਕਦਾ ਵੀ ਉਹ ਆਪ ਤੇ ਰਲਿਆ ਹੋਇਆ ਇਹਨਾਂ ਨਾਲ ਸਮਝਿਆ ਨਹੀਂ ਤੇ ਜਿਹੜਾ ਬੰਦਾ ਨਾਲ ਰਲਿਆ ਹੋਇਆ ਤੁਸੀਂ ਮੈਨੂੰ ਦੱਸੋ
जे तुसी रेत की कारपोरेशन नहीं बनाओगे तो 50-60 हज़ार बंदे नूं नौकरी दे के रेता 1200 रुपया कितना दोगे? एक नंबर दो, तुसी स्टेट दे खजाने 2000-3000 करोड़ कितना पाओगे? ठेकेदारी नूं बेचती जमीर सरकारां बेचतियां। भाई मैं की कह रहा कि अज इकोनमी ठेकेदारी सिस्टम नूं बेचती, जे यही नहीं टुटूगा तो टिंडियां लैनियां। ये अज तां नहीं मैं कहा, ये 5 साल पहला भी कहा सी। ते तुसी देखो कि नवजोत सिंह सिद्धू ने सत्ता माणी खड़ के सवाल किए, पहले कैबिनेट तो सवाल किए, जदों ये बाकी सारे सत्ता माणदे हुंदे सी ते सिद्धू लड़दा हुंदा सी पहली कैबिनेट तो, दस ओए आ क्यों नहीं बनाउंदा, आ नीति है ओए आ क्यों नहीं बनाउंदा, ऐ पंजाब उत्ते आऊगा आ क्यों नहीं बनाउंदा। इन्हां वांग थोड़ा ना माइग्रेटरी बर्ड सर्दी च आ गए ऐ करके ते जदों खर गर्मी होई जाके सर्दी आ उड़ गए। ये माइग्रेटरी बर्ड है, केजरीवाल पोलीटिकल टूरिस्ट है, मैं कहना पोलीटिकल टूरिस्ट है, माइग्रेटरी बर्ड है। आके जिहड़ा बंदा हजारां बंदियां नूं लैके, मैं कहा यार मेरे ते की सवाल खड़े करने हैं, उन्हें जिहड़ा बंदा 5 साल इत्थों नदारत सी, जिहड़ा आया उदों इलैक्शन लड़न वेले 2000-4000 नूं लैके, हम इसको अंदर कर देंगे, उहदे बूट चट्टे, उन्हें बूट चट के माफिया मंगिया उन्हें, हां जवाब उहदे कोल। देखो मेरी एक गल नूं सुनो, मैं पहला भी कहा, अज तो 6 महीने पहला भी, 8 महीने पहला भी, 1 साल पहला भी, तुसीं सिस्टम बना दिओ, पापी नहीं मारना पाप मर जाना। कोई बंदा जाली शराब नहीं बेच सकता जे सरकारी डिस्टिलरियां खुल गईं, जे सरकारी ठेके खुल गए, कोई बंदा शराब की समगली नहीं कर सकता, किवें करूँ? कोई बंदा रेते की खड्ड नूं हत्थ ते लावे, ट्रक ते कढे ट्रक 25,000 दे रेते पिछे कोई करोड़ रुपये का ट्रक इंपाउंड करा लूँ? ये सिस्टम है, तुसीं उत्ते ईमानदार बंदा बहाओ पंजाबीओ, थले तक ईमानदारी आऊ, उत्ते चोर भाई रखे है, लुटते रहे खांदे रहे, हुण कढे आ लत्तां मार के मसा, कांग्रेस आजाद कीती इहनां तों। वेखो मैं पहला ही कह चुके हाँ कि इत्थे किसे दा भी भरा होवे, किसे दी भैण होवे, कोई कार्यकर्ता होवे, साडे सिर दी पग है। एक कैप्टन अमरिंदर सिंह थोड़ा ना हंकार दे विच, मैं आपदा साफा इन्हां दे चरणां चलाउणा और इन्हां नूं कहना जे कांग्रेस जितौणी है असीं कट्ठे हो के लड़ीए, कांग्रेस दा प्रधान होण दे नाते मैं नीवा हो के सब नूं इल्तजा करदा। मैं कहना जे मैं नीवा होके प्रणाम भी करके किसी रुस्से नूं मनाना पिया, मैनू मेरा कोई अहंकार नहीं, मेरी मैं मुक्की फिर तू ही तू, जिथे मेरी मैं उत्थे नहीं है तू, मैं तो इन्हां नूं परमात्मा का रूप देखदा। और मैं कार्यकर्ता दे लई भी कहना कि जिहड़ियां चेयरमैन दियां पिछली बार वादा खिलाफी होई, पंजाब कांग्रेस के कार्यकर्ता दे नाल वादा खिलाफी होई, उन्हां नूं कहा गया भी तैनूं आ देंगे, किसे नूं कुछ नहीं दिता। मैं लुधियाने कांग्रेस के प्रधान होने के नाते कहा कि 4,000 चेयरमैनियां ने, अगर वह चेयरमैनियां कांग्रेस के वर्कर नूं तुसीं दे दिओ, इलैक्शन असीं अज ही जित जाएंगे। तो जे अज भी असीं कतार च अगे खड़े बंदियां नूं नौकरियां देनियां ने, जिहड़े सूट ला के टाई बाई लाई हुई है उन्हां नूं ही नौकरियां देनियां ने, तो फिर वर्कर कित्थे है? मैं पुरजोर एक कमीशन की मंग करूँगा जिहड़ी मैनीफेस्टो दे विच आएगा कि उस कमीशन के अधीन जिन्ना कांग्रेस का वर्कर है मैरिट के नाल हर डिस्ट्रिक्ट 4,000 चेयरमैनियां उन्हां वर्करां नूं दित्तियां जाण। मैं डंके की चोट पर कहना तो अगे जी अगला सवाल जी मेरी गल सुनो, होर किसी ने किया है? बाकी गल्लां करते रहे ने, किसी ने किया है? फिर जदों करता तो ढिड पीड़ हुंदी है, ना करो तो असीं आ करांगे तो असीं आ करांगे। 10 साल सी डिप्टी सीएम उदों कौन बना लिया नाल आपदे, हैं कीता की है? पॉलिसियां दसो की कीतियां ने। मैं पॉलिसी की गल करदा, मैं कहना भाई पंजाब ना हिंदू ना मुसलमान, पंजाब जीवे गुरां दे नाम, असीं पंजाबी च बन्ने आ, असीं सरबत दा भला करिए, असीं सारी कौम दा भला करिए, असीं नीतिबद्ध तरीके नाल योजनाबद्ध तरीके नाल पंजाब दे लोकां नूं चकीए।
ਇਹ 20 ਬੰਦਿਆਂ ਦੇ ਪਾਵੇ ਨਾਲ ਪਾਵਰ ਬਣਤੀ ਅਸੀਂ ਹਿੱਸੇਦਾਰ ਬਣਾਈਏ ਨਾ ਅਖੀਰ 'ਚ ਖੜੋਤਾ ਮੈਂ ਮੇਰੀਆਂ ਨੀਤੀਆਂ ਦੇਖ ਲਓ ਕੋਈ ਵੀ ਮਜ਼ਦੂਰ ਦੀਆਂ ਨੇ ਕਿਸਾਨ ਦੀਆਂ ਨੇ ਜਦੋਂ ਮੈਂ ਕਿਸਾਨ ਦੀ ਗੱਲ ਕਰਦਾ ਕਿਸੇ ਨੇ ਅੱਜ ਤੱਕ ਕੋਈ ਪ੍ਰੋਡਕਟੀਵਿਟੀ ਦੀ ਇੱਕ ਸਕੀਮ ਦਿੱਤੀ ਹੈ ਮੈਂ ਕਹਿੰਦਾ ਕੋਲਡ ਸਟੋਰੇਜ ਬਣਾਓ ਮੈਂ ਕਹਿੰਦਾ ਕੋਆਪਰੇਟਿਵ ਐਕਟ 1990 ਦਾ ਇਹਨਾਂ ਦੇ ਹੱਥ ਕਿਸਾਨਾਂ ਦੇ ਹੱਥ ਮਜ਼ਦੂਰਾਂ ਦੇ ਹੱਥ ਦਿਓ ਬੋਲੋ ਕਿਸੇ ਨੇ ਕਿਹਾ ਅੱਜ ਤੱਕ ਮੈਂ ਕਹਿੰਦਾ ਕਿ ਅਸੀਂ MSP ਦੇਵਾਂਗੇ ਯੈਲੋ ਰੈਵੋਲੂਸ਼ਨ ਲਿਆਵਾਂਗੇ ਜਿਹੜੇ ਤੇਲ ਬੀਜ ਨੇ ਉਹ 75,000 ਕਰੋੜ ਰੁਪਏ ਦੇ ਇੰਪੋਰਟ ਕਰਦੇ ਹਾਂ ਅਸੀਂ ਪਾਸੇ ਰੱਖਾਂਗੇ ਪੰਜ ਸੱਤ ਪ੍ਰੋਕਿਓਰਮੈਂਟ ਕਰੇਗੀ ਔਰ MSP ਦੇਵੇਗੀ ਲੀਗਲ ਦਾਲਾਂ ਦੇ ਉੱਤੇ ਅਤੇ ਆਇਲ ਸੀਡਸ ਦੇ ਉੱਤੇ ਔਰ ਅਸੀਂ ਝੋਨੇ ਤੋਂ ਡਾਈਵਰਸੀਫਾਈ ਕਰਕੇ ਨਵੇਂ ਪਲਾਂਟ ਸੁਗਾਵਾਂਗੇ ਇੱਥੇ ਤੁਸੀਂ ਅੱਜ ਦੇਖ ਲਓ ਘੱਟ ਤੋਂ ਘੱਟ ਨਹੀਂ ਮੈਂ ਤੁਹਾਨੂੰ 100 ਖੇਤ ਦਿਖਾਊਂ 5 ਏਕੜਾਂ 'ਚੋਂ 50-50 ਲੱਖ ਪਾਉਂਦੇ MSP ਮੰਗਣੀ ਨਹੀਂ ਬਾਰਡਰ ਖੋਲ੍ਹਣ ਦੀ ਗੱਲ ਸਿੰਗਲ ਵਿੰਡੋ ਸਿਸਟਮ ਦੀ ਗੱਲ ਕਿਸੇ ਨੇ ਕੀਤੀ ਅੱਜ ਤੱਕ ਲੈ ਤੁਸੀਂ 1300-1700 ਦੀ MSP 30 ਸਾਲ 'ਚ ਕੀਤੀ 300 ਤੋਂ 1700 ਮੈਂ ਇੱਕ ਦਿਨ ਦੇ ਵਿੱਚ 1700 ਤੋਂ 3000 ਦੀ ਗੱਲ ਕਰਦਾ ਉਜ਼ਬੇਕਿਸਤਾਨ ਕਜ਼ਾਕਿਸਤਾਨ 3000 ਦੀ ਜੀਰੀ 7000 22 ਰੁਪਈਏ ਦਾ ਕਿਲੋ ਅਦਰਕ 150 5 ਰੁਪਈਏ ਦਾ ਟਮਾਟਰ ਕਦੇ 50 ਟੁੱਟਿਆ ਨਹੀਂ ਇਹ ਸਾਡੀ ਮਾਰਕੀਟ ਹੈ ਭਾਈ ਸਾਡਾ ਲੈਂਡਲੈਸ ਸਾਡਾ ਸਮਾਨ 2100 ਕਿਲੋਮੀਟਰ ਕਿਉਂ ਜਾਵੇ ਬਈ ਅਡਾਨੀ ਦੇ ਪੋਰਟ 'ਤੇ 22 ਕਿਲੋਮੀਟਰ ਕਿਉਂ ਨਾ ਜਾਵੇ ਇਹ ਜਵਾਬ ਹੈ ਨਾ ਇਹਨਾਂ ਦੇ ਕਰਾਚੀ ਬੰਬੇ ਖੁੱਲ੍ਹਾ ਅਤੇ ਭਾਈ ਲਾਹੌਰ ਅੰਮ੍ਰਿਤਸਰ ਕਿਉਂ ਨਾ ਪਾਸਪੋਰਟਾਂ ਵਾਲਿਆਂ ਨੂੰ ਕਿਉਂ ਨਾ ਖੋਲੋ ਤੁਸੀਂ ਤੁਸੀਂ ਅੱਜ ਤੁਸੀਂ ਅੱਜ ਵੀ ਦੇਖੋ ਇਹਦਾ ਜਵਾਬ ਦੇ ਰਿਹਾ 3 ਮਰਲੇ ਪਲਾਟ 4 ਮਰਲੇ ਪਲਾਟ ਜਿਹੜੇ ਪੰਚਾਇਤਾਂ ਵਾਲੇ ਦੇਣੇ ਸੀਗੇ ਅਸੀਂ ਕਿੰਨਿਆਂ ਕੁ ਨੂੰ ਮਿਲੇ ਨੇ ਹੋਰ ਸੁਣੋ ਬਾਲੇ 50,000 ਰੁਪਏ ਦੇ ਜਿਹੜੇ ਕੱਚੇ ਮਕਾਨਾਂ ਵਾਸਤੇ ਨੇ ਕਿੰਨਿਆਂ ਕੁ ਨੂੰ ਮਿਲੇ ਨੇ ਇਹ ਸਕੀਮਾਂ ਤਾਂ ਹੀ ਪੋਸੀਬਲ ਨੇ ਜੇ ਸਟੇਟ ਦੇ ਖਜ਼ਾਨੇ ਦੇ ਵਿੱਚ ਪੈਸੇ ਹੋਣ ਮੈਂ ਕੈਟਾਗੋਰੀਕਲੀ ਕਹਿ ਰਿਹਾ ਇਸ ਲਾਈਨ ਨੂੰ ਚਾਹੇ ਹੈੱਡਲਾਈਨ ਬਣਾਓ ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲੇ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ ਲਓ ਮੈਂ ਕਹਿੰਦਾ ਤੁਹਾਨੂੰ ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲੇ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਇਨਕਮ ਹੈ ਮੈਂ ਇੰਪਲੋਈ ਵੀਰਾਂ ਨੂੰ ਕਹਿੰਦਾ ਅੱਜ ਪੰਜਾਬ ਨੂੰ 1000 ਕਰੋੜ ਰੁਪਈਆ ਹੋਵੇ ਅਤੇ ਕੋਈ ਮਾਸਟਰ ਕੋਈ ਪ੍ਰੋਫੈਸਰ ਸੜਕ ਦੇ ਉੱਤੇ ਨਾ ਹੋਵੇ ਪੰਜਾਬ ਕੋਲ 3000 ਕਰੋੜ ਰੁਪਈਆ ਸਰਪਲਸ ਹੋਵੇ ਅਤੇ ਕੋਈ ਬੰਦਾ ਧਰਨਾ ਨਾ ਦੇਵੇ ਮੈਂ ਕਹਿੰਦਾ ਮੈਂ ਅੱਜ ਵੀ ਕਹਿੰਦਾ ਔਰ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਚੁੱਕ ਲੈ ਇਕੱਲੇ ਮੋਹਾਲੀ ਦੇ ਵਿੱਚ 1.5 ਲੱਖ ਕਰੋੜ ਦੀ ਜ਼ਮੀਨ ਦੱਬੀ ਹੋਈ ਹੈ ਗਊਚਰਾਂ ਲੈਂਡ 72,000 ਏਕੜ ਜਦ ਦੱਬੀ ਹੋਈ ਹੈ ਜਿਹੜੀ ਰਾਜਿਆਂ ਨੇ ਦਿੱਤੀ ਗਊਆਂ ਨੂੰ ਦੇਖਿਆ ਨਹੀਂ ਪਹਿਲਾਂ ਗਊ ਜਾਂ ਜਿਨ੍ਹਾਂ ਦੇ ਲੱਤਾਂ ਟੁੱਟੀਆਂ ਹੁੰਦੀਆਂ ਸੀਗੀਆਂ ਘੋੜੇ ਉਹ ਫਿਰਦੇ ਹੁੰਦੇ ਸੀ ਯਾਦ ਹੈ ਦੱਸ ਕਿੱਥੇ ਜ਼ਮੀਨ ਅੱਜ ਉਹ ਹੈ ਭਾਈ ਮਜ਼ਦੂਰਾਂ ਦਾ ਜਿਹੜਾ ਸੈੱਸ ਲੈਂਦੇ ਆ ਕੰਸਟਰਕਸ਼ਨ ਵਰਕਰ ਦਾ ਕਿੱਥੇ ਰਜਿਸਟਰਡ ਨੇ 1% ਰਜਿਸਟਰਡ ਨਹੀਂ ਉਹਨਾਂ ਦੇ ਕਾਰਡ ਕਿੱਥੇ ਨੇ ਮੈਂ ਜਦੋਂ ਕਹਿੰਦਾ 5 ਲੱਖ ਬੰਦੇ ਨੂੰ ਅਰਬਨ ਨੌਕਰੀ ਦੇਵਾਂਗੇ ਅਸੀਂ ਕੋਈ ਖੇਤ 'ਚ ਵੜੇ ਤਾਂ ਸਹੀ ਮਜ਼ਦੂਰ ਕੋਈ 5 ਏਕੜ ਤੋਂ 10 ਏਕੜ ਤੋਂ ਥੱਲੇ ਕਿਸਾਨ ਵੜੇ ਤਾਂ ਸਹੀ ਖੇਤ 'ਚ 400 ਰੁਪਈਆ ਮਿਲੇਗਾ ਉਹਨਾਂ ਨੂੰ ਡਿਮਾਂਡ ਡ੍ਰਿਵਨ ਮਨਰੇਗਾ ਦਾ ਇਹਦੇ 'ਚ ਅਰਬਨ ਰਿਨਿਊਅਲ ਮਿਸ਼ਨ ਦਾ ਇਹ ਮੈਂ ਤੁਹਾਨੂੰ ਜੋਬਸ ਦੀ ਗੱਲ ਕਰ ਰਿਹਾ ਤੁਹਾਨੂੰ ਨਾਲ ਦੱਸੂ ਸੈਮੀ ਸਕਿਲਡ ਸਕਿਲਡ ਅਨਸਕਿਲਡ ਲੇਬਰ ਨੂੰ ਕਿੱਦਾਂ ਦੇਵਾਂਗੇ ਬਿਲਕੁਲ ਮੈਂ ਕਿਹਾ ਬਿਲਕੁਲ ਇਹਦੇ ਲਈ ਨਵਜੋਤ ਸਿੰਘ ਸਿੱਧੂ DIG ਚੰਦਰ ਸ਼ੇਖਰ ਇੱਕ ਰਿਟਾਇਰਡ ਜੱਜ ਉਹਦੀ ਰਿਪੋਰਟ ਹੈ ਧੂੜ ਚੱਟ ਰਹੀ ਹੈ ਉਹ ਹੱਕ ਕਮੇਟੀ ਦੀ ਰਿਪੋਰਟ ਕਿਸਾਨਾਂ ਦੇ ਉੱਤੇ ਦਿੱਤੀ ਸੀ ਧੂੜ ਚੱਟ ਰਹੀ ਹੈ ਉਹ ਭਾਈ ਉਹਦੇ ਇਲਾਵਾ 1000 ਰੁਪਈਏ ਰੇਤੇ ਦੀ ਟਰਾਲੀ ਉਹਦੀ ਰਿਪੋਰਟ ਧੂੜ ਚੱਟ ਰਹੀ ਹੈ ਉਹ ਸ਼ਰਾਬ ਦੀ ਬਣਾਉਣ ਨਹੀਂ ਦਿੱਤੀ ਹਾਂਜੀ ਡਿਜੀਟਲ ਪੰਜਾਬ ਦੀ ਗੱਲ ਈ ਫਾਈਲਿੰਗ ਦੀ ਗੱਲ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਕੋਈ ਬਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਲਾਇਸੈਂਸ ਘਰ ਦਾ ਨਕਸ਼ਾ ਹੈਂਜੀ ਕੋਈ ਤਹਿਸੀਲ ਦਾ ਕੰਮ ਮਾਸਟਰ ਪਲਾਨ ਸੁਪਰ ਇੰਪੋਜ਼ ਕਿਉਂ ਨਹੀਂ ਹੁੰਦਾ ਖਸਰਾ ਨੰਬਰ ਤੇ ਭਾਈ ਅਸੀਂ ਤੇ ਜੋ ਕੁਛ ਵੀ ਪ੍ਰਚਾਰ ਕੀਤਾ 50-50 ਰੈਲੀਆਂ ਕਰੀ ਬੈਠੇ ਹਾਂ ਮੈਂ ਵੀ ਤੇ ਚੰਨੀ ਵੀ ਅਸੀਂ ਤੇ 50-50 ਰੈਲੀਆਂ ਕਰੀ ਬੈਠੇ ਅਸੀਂ ਤਾਂ ਆਪਣੀ ਵਿਜ਼ਨ ਦੇਈ ਬੈਠੇ ਹਾਂ ਕੋਈ ਪਹਿਲੀ ਵਾਰ ਤਾਂ ਦੇ ਨਹੀਂ ਰਹੇ ਹਾਂ ਜਿਹੜੇ ਮਾਈਗ੍ਰੇਟਰੀ ਬਰਡ ਪੋਲੀਟੀਕਲ ਟੂਰਿਸਟ ਹੋਣ ਆਏ ਆ
ਉਹ ਆ ਕੇ ਕਹਿੰਦੇ ਹਮ 15 ਪੁਆਇੰਟ ਦੇਂਗੇ, ਹਮ 10 ਪੁਆਇੰਟ ਦੇਂਗੇ। ਪਹਿਲਾਂ ਕਿੱਥੇ ਸੀ ਉਹ? ਸਿਰ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਪੰਜਾਬ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ, ਇਹ ਵੀ ਕਿਹਾ ਜਾ ਰਿਹਾ? ਕੋਈ ਸਵਾਲ ਹੀ ਹੈ ਨਹੀਂ ਉਹਦੇ 'ਚ। ਦੇਖੋ, ਪ੍ਰਧਾਨ ਮੰਤਰੀ ਦਾ ਮੈਂ ਸਭ ਤੋਂ ਵੱਧ ਸਨਮਾਨ ਕਰਦਾ, ਉਹ ਸਾਡਾ ਪ੍ਰਧਾਨ ਮੰਤਰੀ ਹੈ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ, ਅਸੀਂ ਦੇਸ਼ ਦੇ ਵਸਨੀਕ ਹਾਂ, ਮੈਂ ਆਦਰ ਕਰਦਾ, ਸਨਮਾਨ ਕਰਦਾ ਐਜ਼ ਏ ਪ੍ਰਾਈਮ ਮਿਨਿਸਟਰ। ਮੈਂ ਕਹਿੰਦਾ ਉਹ ਸਾਡੇ ਬੜੇ ਹੀ ਸਨਮਾਨਯੋਗ ਨੇ, ਲੇਕਿਨ ਹੁਣ ਜੇ ਪ੍ਰਧਾਨ ਮੰਤਰੀ ਨੂੰ ਸੁਣਨ 700 ਲੋਕ ਆਇਆ, 70,000 ਕੁਰਸੀ ਖਾਲੀ ਪਈ ਹੈ, ਮੈਂ ਕੀ ਕਰ ਸਕਦਾ ਇਹਦੇ 'ਚ? ਇਹ ਜੇ ਮੇਰਾ ਹੁਣ ਤੂੰ ਮੇਰੀਆਂ ਟੀਂਡੀਆਂ ਨੇ 'ਚ, ਅਤੇ ਜੇ ਉੱਥੇ ਹੁਣ ਪ੍ਰਧਾਨ ਮੰਤਰੀ 700 ਲੋਕਾਂ ਨੂੰ ਐਡਰੈਸ ਦਿੰਦਾ ਤੇ ਤੁਸੀਂ ਉਹ ਇਤਿਹਾਸ ਬਣਾ ਦਿੰਦੇ। ਦੇਸ਼ ਕਾ ਪਹਿਲਾ ਪ੍ਰਧਾਨ ਮੰਤਰੀ ਜਿਸਨੇ 70,000 ਕੁਰਸੀ ਕੋ ਐਡਰੈਸ ਕੀਆ, ਇੱਕ ਵਿਸ਼ਰਮ ਮੁੱਖ ਮੰਤਰੀ ਤੋਂ ਪਹਿਲਾਂ ਹੀ ਕਰ ਰਿਹਾ ਥਾ। ਫਿਰ ਤੁਸੀਂ ਕਹਿੰਦੇ ਅਸੀਂ ਪ੍ਰਧਾਨ ਮੰਤਰੀ ਦੀ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਔਰ ਪ੍ਰਧਾਨ ਮੰਤਰੀ ਦੀ ਮਤਲਬ ਖੈਰ ਮਕਦਮ ਕਰਦੇ ਹਾਂ, ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦੇ ਹਾਂ। ਕੋਈ ਵਿਰੋਧ ਤਾਂ ਕਰ ਸਕਦਾ ਹੈ, ਪਰ ਉਹਨਾਂ ਦੀ ਜਾਨ ਨੂੰ ਇੱਥੇ ਕੋਈ ਖਤਰਾ ਨਹੀਂ, ਮੈਂ ਗਾਰੰਟੀ ਨਾਲ ਕਹਿੰਦਾ। ਭਾਈ ਮੈਂ ਅੱਜ ਠੋਕ ਕੇ ਕਹਿੰਦਾ ਕਿ ਰਾਜਾ ਗਿਆ ਕੈਪਟਨ ਅਮਰਿੰਦਰ ਸਿੰਘ, ਉੱਥੇ 10-10 ਦਿਨ ਰਹਿ ਕੇ ਆਇਆ, ਹੈਂ, ਅਤੇ ਸੁਲਤਾਨ ਘੋੜਾ ਉੱਤੇ ਕਿਸੇ ਨੂੰ ਹੋਰ ਨੂੰ ਚੜਾ ਕੇ ਲਿਆਇਆ ਅਤੇ ਉਹਨੂੰ 4 ਸਾਲ ਇੱਥੇ ਰੱਖਿਆ, ਹੈਂਜੀ, ਠੀਕ ਹੈ। ਅਤੇ ਦੂਜੇ ਗਏ ਬਾਦਲ, 21 ਲੱਖ ਭੇਡੂਆਂ ਦੇ ਲੈ ਕੇ ਆਏ, ਭੇਡੂ ਫੜੋ ਪੂੰਛ, ਭੇਡੂ ਚੱਕੋ, ਭੇਡੂ ਇਹ ਭੇਡੂ ਲੈ ਕੇ ਆਏ, ਐਂ ਪੂੰਛਾਂ ਮਾਰਦੇ ਤੜ 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 ਤੜ। ਫਿਰ ਉਹਦੇ 'ਤੇ 21 ਲੱਖ ਰੁਪਈਆ ਡਿਊਟੀ ਦਿੱਤੀ ਅਤੇ ਸਿੱਧੂ ਗਿਆ ਅਤੇ ਬਾਬੇ ਨੇ ਹੱਥ ਐਂ ਕੀਤਾ ਅਤੇ ਉਸ ਬਾਬੇ ਦੀ ਕਿਰਪਾ ਦੇਖੋ, ਸਿੱਧੂ ਨੂੰ ਡਾਕੀਆ ਬਣਾ ਕੇ ਤੋਰਿਆ, ਕਰਤਾਰਪੁਰ ਸਾਹਿਬ ਦਾ ਲਾਂਘਾ, ਮੇਰੇ ਵਰਗੇ ਲੱਖਾਂ ਕਰੋੜਾਂ ਦੀਆਂ ਅਰਦਾਸਾਂ ਕਬੂਲ ਕਰਤੀਆਂ ਅਤੇ ਢਿੱਡ ਪੀੜ ਹੁੰਦੀ ਹੈ, ਜਾਓ ਦਰਸ਼ਨ ਕਰੋ, ਬਾਬੇ ਦੇ ਸਫਾ ਲਾਓ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਅਤੇ ਤੇਰਾ ਤੇਰਾ ਕਰੋ, ਮੇਰਾ, ਮੇਰੀਆਂ ਬੱਸਾਂ, ਮੇਰੇ ਢਾਬੇ, ਮੇਰੇ ਹੋਟਲ ਛੱਡੋ। ਜਵਾਬ ਮਿਲ ਗਿਆ। ਛੋਟੇ ਭਾਈ ਮੈਨੂੰ ਦੱਸ, ਤੈਨੂੰ ਇੰਨੇ ਸਾਲ ਹੋ ਗਏ, ਮੈਂ ਦੇਖਦੇ ਹੋ ਗਏ ਤੈਨੂੰ ਗਿੱਲ ਸਾਹਿਬ, ਹੈਂ, ਤੂੰ ਰੋਟੀ ਨੂੰ ਚੋਚੀ ਕਹਿਣਾ, ਮੈਂ ਇੰਨਾ ਹੀ ਸਵਾਲ ਹੈ, ਤੂੰ ਰੋਟੀ ਨੂੰ ਚੋਚੀ ਕਹਿਣਾ? ਓ ਯਾਰ, ਤੁਸੀਂ ਤਾਂ ਉੜਦੀ ਚਿੜੀ ਦੇ ਫੰਘ ਗਿੰਦੇ ਹੋ, ਤੈਨੂੰ ਪਤਾ ਨਾ ਸਾਰਾ ਕੁਛ, ਲੋਕਾਂ ਨਾਲ ਜੁੜੇ ਹੋਏ ਹੋ, ਗਲੀਆਂ 'ਚ ਮੁਹੱਲਿਆਂ 'ਚ ਨੁੱਕੜ ਮੀਟਿੰਗਾਂ ਦੇ ਵਿੱਚ ਬੈਠਦੇ ਹੋ, ਇਹ ਤੁਹਾਨੂੰ ਨਹੀਂ ਪਤਾ ਕਿੱਥੇ ਖੜੇ ਹੈ, ਤੁਹਾਨੂੰ ਨਹੀਂ ਪਤਾ ਕਿ ਸਿੱਧੂ ਜਦੋਂ, ਫਿਰ ਦੇਖੋ ਯਾਰ, ਤੁਹਾਨੂੰ ਨਹੀਂ ਪਤਾ ਕਿ ਭਾਈ 3 ਤਾਂ ਮੰਤਰੀ ਹਾਰੇ ਹੈ ਮੋਦੀ ਸਾਹਿਬ ਦੀ ਵੇਵ 'ਚ, ਹੈਂ, ਉਦੋਂ ਬਾਅਦ 2 ਸੀਟਾਂ ਆਈਆਂ ਨੇ, ਅਸੀਂ ਆਈ ਵਿਸ਼ ਦੈਮ ਵੈਲ। ਸਰ, ਤੁਸੀਂ ਆਪਣਾ ਵਿਜ਼ਨ ਦੱਸਿਆ, ਬਹੁਤ ਅੱਛਾ ਵਿਜ਼ਨ ਹੈਗਾ, ਜਿਸ ਤਰ੍ਹਾਂ ਇਨਕਮ ਸੋਰਸ ਕਿੱਦਾਂ ਜਨਰੇਟ ਕਰਨੇ ਆ, ਰੈਵਨਿਊ ਕਿੱਦਾਂ ਵਧਾਉਣਾ, ਇਹ ਸਾਰਾ ਕੁਝ ਉਦੋਂ ਹੀ ਪੋਸੀਬਲ ਹੈ ਜੇ ਤੁਸੀਂ ਲੀਡ ਕਰਦੇ ਹੋ। ਕੀ ਤੁਹਾਡੇ ਪਾਰਟੀ ਨੇ ਕੋਈ ਇਹੋ ਜਿਹਾ ਇੰਡੀਕੇਸ਼ਨ ਦਿੱਤਾ ਹੂ ਵਿਲ ਲੀਡ ਕਾਂਗਰਸ? ਦੇਖੋ, ਇਹਦੀ ਇੰਡੀਕੇਸ਼ਨ ਸਿਰਫ ਮੈਨੀਫੈਸਟੋ 'ਚੋਂ ਆ ਸਕਦੀ। ਅਗਰ ਮੈਨੀਫੈਸਟੋ ਦੇ ਵਿੱਚ ਏਜੰਡਾ ਹੈ ਤਾਂ ਸਿੱਧੂ ਨੂੰ ਨੀਹਾਂ ਚਿਣ ਦਿਓ, ਜਿਹੜੀ ਜ਼ਿੰਮੇਵਾਰੀ ਦਊਂਗੇ ਨਿਭਾ ਦੂੰਗਾ। ਲੇਕਿਨ ਅਗਰ ਕੋਈ ਗਰੰਟੀ ਨਹੀਂ ਹੈ ਔਰ ਅਗਰ ਕੋਈ ਮਤਲਬ ਕੋਈ ਰੋਡ ਮੈਪ ਹੀ ਹੈ ਨਹੀਂ, ਤਾਂ ਕਹੋ ਜੀ ਅਸੀਂ ਸੱਤਾ ਹਾਸਲ ਕਰਨੀ ਹੈ, ਚਲੋ ਜੀ ਇਲੈਕਸ਼ਨ ਲੜੀਏ। ਇੱਕ ਗੱਲ ਨੂੰ ਸੁਣ, ਇਹ ਪਾਰਟੀ 70 ਸਾਲ ਪੁਰਾਣੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਔਰ ਸੋਨੀਆ ਜੀ ਦੀ ਹੈ, ਠੀਕ ਹੈ। ਉਹ ਬੜੇ ਹੀ ਚੰਗੇ ਤਰੀਕੇ ਨਾਲ ਨਿਰਣੇ ਲੈਂਦੇ ਆ। ਤੁਸੀਂ ਦੇਖੋ ਕਿ ਜਦੋਂ ਉਹਨਾਂ ਕੋਲ ਸੱਤਾ ਸੀ, ਉਹਨਾਂ ਨੇ ਸਰਦਾਰ ਮਨਮੋਹਨ ਸਿੰਘ ਨੂੰ, ਜਿਹਦਾ ਨਾਮ ਅੱਜ ਵੀ ਸੂਰਜ ਵਾਂਗ ਚਮਕਦਾ, ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਕੇ ਰੱਖਿਆ ਜੇ ਉਹ ਚਾਹੁੰਦੇ, ਅਤੇ ਦੂਜੀ ਵਾਰ ਸਰਦਾਰ ਮਨਮੋਹਨ ਸਿੰਘ ਕਹਿੰਦੇ ਸੀ ਕਿ ਰਾਹੁਲ ਜੀ ਨੂੰ ਬਣਾ ਦਿਓ, ਅਤੇ ਉਹਨਾਂ ਨੇ ਬਣਾਇਆ, ਆਪ ਪਿੱਛੇ ਰਹੇ, ਸਰਦਾਰ ਮਨਮੋਹਨ ਸਿੰਘ ਨੂੰ 2 ਵਾਰ ਮੁੱਖ ਮੰਤਰੀ ਬਣਾਇਆ। ਲੇਕਿਨ ਜਦੋਂ ਸਾਰੇ ਪਾਸੋਂ ਵਿਪਰੀਤ ਪਰਿਸਥਿਤੀਆਂ ਸੀ, ਪੁੱਠੀ ਪਰਿਸਥਿਤੀ ਸੀ, ਉਦੋਂ ਰਾਹੁਲ ਜੀ ਅੱਗੇ ਆਏ। ਸੋ ਇਹੀ ਕਿਰਦਾਰ ਹੈ ਨਾ, ਕਿਰਦਾਰ ਮੁਸੀਬਤ 'ਚ ਬਣਾਇਆ ਨਹੀਂ ਜਾਂਦਾ, ਦਰਸਾਇਆ ਜਾਂਦਾ, ਦਰਸਾ ਰਿਹਾ ਬਾਈ ਬੰਦਾ ਕਿਰਦਾਰ, ਖਾਨਦਾਨੀ ਲੋਕ ਨੇ, ਕਿਰਦਾਰ ਵਾਲੇ ਲੋਕ ਨੇ, ਖੜ੍ਹੇ ਆ ਨਾਲ। ਥੈਂਕ ਯੂ ਵੈਰੀ ਮੱਚ ਜੀ। ਅੱਛਾ, ਭਾਈ ਹਲੇ ਟ੍ਰੇਲਰ ਚੱਲਿਆ ਫਿਲਮ ਚੱਲਣ ਦੇ, ਤੂੰ ਯਾਰ ਟ੍ਰੇਲਰ ਨੂੰ ਹੀ ਫਿਲਮ ਸਮਝੀ ਜਾਣਾ ਮਿੱਤਰ ਪਿਆਰਿਆ, 2 ਮਹੀਨੇ ਹੋਏ ਆ ਭਾਈ, ਜਿਹੜੇ ਲਾਲ ਲਾਲ ਵਾਲੇ ਆ, ਮੇਰੇ ਭਰਾ ਨੇ
मेरे भरा ने अनाउंस किया रेता, मैं तेनों कहना गरंटी दे के कहना कि पॉलिसी यह जी लैके आऊंगा कि वह सुपना साकार होएगा। नंबर तीन तो कहना केबल, मैं केबल दसिया कि नहीं दे दसिया भी 10 MSO लिया तो 400 to 200 आएगी कैरेज फीस दो, स्टेट को 3000 to 5000 crore रुपया आएगा तो केबल जुझार तो मुक्त होएगी। असी कंपीटीशन के होर तो होर मैं थोनू कह रहा कि सरबसांझी गुरबाणी असी सारी दुनिया के घर पहुँचावे। बाबे नानक ने जगत गुरु बन के दिखा, जगत गुरु मेरा बाबा नानक तो सारे जगत जानी चाहिए, वो किसी एक चैनल पर नहीं होएगी। तो ये जड़े लैगिस्लेचर बन के रखने वाले MLA सिर्फ एक SSP का DSP का मोहताज बनाने वाले, तो हाथ चक लफटैन MLA बनाने वाले, तो अफसरशाही कायम करने वाले, इन्हों बदलेंगे और ताकत लोगों के नुमाइंदियों की उन्होंने देंगे। लोगों ने MLA बनाए सी, MP बनाए, लोगों ने अफसर नहीं बनाए, तो कोई अफसर सारे सिस्टम चलाए, ये अगले सिस्टम के कोई मंजूर नहीं होएगा। लैगिस्लेचर की ताकत बहाल करा। थैंक यू।